ਸਕੂਲ ਦੇ ਵਿੱਚ ਫੀਸ ਭਰਨੀ ਵੀ ਬੜੀ ਔਖੀ ਹੈ। ਚੱਲ ਪਰਿਵਾਰ ਦਾ ਗੁਜ਼ਾਰਾ ਹੀ ਬੜੀ ਮੁਸ਼ਕਲ ਦੇ ਨਾਲ ਹੋ ਰਿਹਾ। ਕਬੱਡੀ ਦੇ ਵਿੱਚੋਂ ਹੀ ਮੰਨ ਕੇ ਚੱਲੋ, ਜਿਨ੍ਹਾਂ ਦੇ ਵਿਚਾਰਿਆਂ ਦਾ ਨੂਣ ਮਿਰਚ ਮਸਾਲਾ ਆਉਣਾ ਨਾ, ਬਹੁਤ ਮੁਸ਼ਕਲ ਹੋਈ ਪਈ ਹੈ। ਲੱਖੇ ਕੰਧ ਵਾਲੇ ਨੇ ਕਹਿਣਾ ਆਪਾਂ ਕੀ ਨਸ਼ਿਆਂ ਨੂੰ ਲੈਣਾ, ਲੱਖੇ ਕੰਧ ਵਾਲੇ ਨੇ ਕਹਿਣਾ ਆਪਾਂ ਕੀ ਨਸ਼ਿਆਂ ਤੋਂ ਲੈਣਾ, ਖੇਡੋ ਖੇਡ ਕਬੱਡੀ ਜੀ, ਕਿਤੇ ਮਿਲੂਗਾ ਬੁਲਟ ਕਿਤੇ ਮਿਲਜੂ ਗੱਡੀ ਜੀ, ਕਿਤੇ ਮਿਲੂਗਾ ਬੁਲਟ ਕਿਤੇ ਮਿਲਜੂ ਗੱਡੀ ਜੀ। ਬਾਈਫੇਸ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਸਵਾਗਤ ਹੈ। ਅੱਜ ਅਸੀਂ ਸਾਡੇ ਦਰਸ਼ਕਾਂ ਲਈ ਇੱਕ ਹੋਰ ਨਵਾਂ ਸੈਗਮੈਂਟ ਲੈ ਕੇ ਆਏ ਹਾਂ, ਖੇਡਾਂ ਦੀ ਗੱਲ। ਤੇ ਜਦੋਂ ਖੇਡਾਂ ਦੀ ਗੱਲ ਹੁੰਦੀ ਹੈ ਤਾਂ ਫਿਰ ਪੰਜਾਬ ਦੇ ਵਿੱਚ ਖੇਡ ਸਭ ਤੋਂ ਵੱਡੀ ਜਿਹੜੀ ਖੇਡ ਖੇਡੀ ਜਾਂਦੀ ਹੈ ਜਾਂ ਜਿਸ ਨੂੰ ਮਾਂ ਖੇਡ ਕਿਹਾ ਜਾਂਦਾ ਉਹ ਹੈਗੀ ਹੈ ਕਬੱਡੀ। ਤੇ ਕਬੱਡੀ ਦਾ ਵੀ ਇੱਕ ਖਾਸ ਪਹਿਲੂ ਜਿਹਦੇ ਬਿਨਾਂ ਕਬੱਡੀ ਅਧੂਰੀ ਹੈ। ਅਸੀਂ ਸੋਚਿਆ ਕਿਉਂ ਨਾ ਸਾਡੇ ਦਰਸ਼ਕਾਂ ਦੇ ਰੂਬਰੂ ਪਹਿਲਾਂ ਅਜਿਹੀ ਵੰਨਗੀ ਕਬੱਡੀ ਦੀ ਅਸੀਂ ਪੇਸ਼ ਕਰੀਏ ਜਿਹਦੇ ਨਾਲ ਜਿਹਦੇ ਬਿਨਾਂ ਕਬੱਡੀ ਅਧੂਰੀ ਲੱਗਦੀ ਹੈ। ਮੈਂ ਗੱਲ ਕਰ ਰਿਹਾ ਕਬੱਡੀ ਦੀ ਇੱਕ ਖਾਸ ਪਹਿਲੂ ਜਿਸਦਾ ਜਿਸ ਨੂੰ ਕਹਿੰਦੇ ਕਬੱਡੀ ਦੀ ਕਮੈਂਟਰੀ। ਕਬੱਡੀ ਦੀ ਕਮੈਂਟਰੀ ਹੈ ਨਾ ਜਿਹੜੀ, ਉਹ ਕਬੱਡੀ ਦਾ ਜਿੰਨਾ ਖੇਡ ਜਿੰਨਾ ਹੀ ਰੋਲ ਅਦਾ ਕਰਦੀ ਹੈ ਦਰਸ਼ਕਾਂ ਲਈ, ਖਿਡਾਰੀਆਂ ਲਈ ਵੀ ਉਨਾ ਹੀ ਅਹਿਮ ਪਹਿਲੂ ਹੈ। ਤੇ ਜਿਹੜਾ ਕਬੱਡੀ ਦਾ ਕਮੈਂਟਰ ਹੁੰਦਾ ਉਹ ਵੀ ਕਮਾਲ ਦਾ ਹੀ ਹੁੰਦਾ ਹੈ। ਉਹ ਜਦੋਂ ਖੇਡਦੇ ਆ ਖਿਡਾਰੀ ਤੇ ਉਹਨਾਂ 'ਚ ਵੀ ਜੋਸ਼ ਭਰਦਾ ਤੇ ਨਾਲ ਦੇਖਣ ਵਾਲਿਆਂ 'ਚ ਵੀ ਜੋਸ਼ ਭਰਦਾ। ਅੱਜ ਅਸੀਂ ਇੱਕ ਅਜਿਹੀ ਜੋਸ਼ ਭਰਨ ਵਾਲੇ ਇੱਕ ਅਜਿਹੀ ਕਮੈਂਟਰ ਦੇ ਨਾਲ ਤੁਹਾਡੀ ਗੱਲ ਕਰਾਉਣ ਜਾ ਰਹੇ ਹਾਂ। ਅੱਜ ਅਸੀਂ ਆਏ ਹਾਂ ਪਿੰਡ ਉਕੰਦਵਾਲਾ ਜ਼ਿਲ੍ਹਾ ਫਰੀਦਕੋਟ ਦੇ ਵਿੱਚ। ਇੱਥੇ ਇਹਦਾ ਇੱਕ ਨੌਜਵਾਨ ਕਬੱਡੀ ਦਾ ਕਮੈਂਟਰ ਹੈ ਲੱਖਾ ਉਕੰਦਵਾਲਾ, ਇਹਨੇ ਅੰਤਰਰਾਸ਼ਟਰੀ ਕਬੱਡੀ ਦਾ ਕਮੈਂਟਰ ਹੈ। ਅਸੀਂ ਇਹਨਾਂ ਨੂੰ ਅੱਜ ਮਿਲਾਵਾਂਗੇ, ਆਓ ਗੱਲ ਕਰਦੇ ਹਾਂ ਲੱਖਾ ਉਕੰਦਵਾਲਾ ਜੀ ਦੇ ਨਾਲ। ਲੱਖਾ ਜੀ, ਤੁਹਾਡਾ ਬਾਈਫੇਸ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਮੈਂ ਤੁਹਾਡੀ ਸਮੁੱਚੀ ਟੀਮ ਬਾਈਫੇਸ ਚੈਨਲ ਟੀਮ ਦਾ ਔਰ ਸਾਡੇ ਸਤਿਕਾਰਯੋਗ ਡਾਇਰੈਕਟਰ ਸਾਹਿਬ ਓ ਪੀ ਬੰਟੂ ਜੀ, ਜਗਮੀਤ ਨੀਟਾ ਜੀ, ਤੁਹਾਡਾ ਮੈਂ ਦਿਲੋਂ ਸਵਾਗਤ ਕਰਦਾ ਜਿਨ੍ਹਾਂ ਨੇ ਤੁਸੀਂ ਮੈਨੂੰ ਇੰਨਾ ਕਾਬਲ ਸਮਝ ਕੇ ਤੁਸੀਂ ਅੱਜ ਮੇਰੇ ਨਗਰ ਦੇ ਵਿੱਚ ਤੁਸੀਂ ਆਏ ਹੋ, ਤੁਹਾਡਾ ਦਿਲੋਂ ਸਵਾਗਤ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਸਾਰੇ ਪੰਜਾਬੀਆਂ ਨੂੰ ਮੈਂ ਫਤਿਹ ਅਰਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਲੱਖਾ ਜੀ, ਸਭ ਤੋਂ ਪਹਿਲਾਂ ਤਾਂ ਤੁਸੀਂ ਨਾ ਹੁਣ ਸਾਡੇ ਦਰਸ਼ਕਾਂ ਲਈ ਜਿਹੜੀ ਇੱਕ ਤੁਹਾਡਾ ਇੱਕ ਲਹਿਜਾ ਕਮੈਂਟਰੀ ਦਾ, ਸਭ ਤੋਂ ਪਹਿਲਾਂ ਮੈਂ ਕਹਿੰਦਾ ਵੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਦਰਸ਼ਕਾਂ ਨਾਲ ਉਹੀ ਸਾਂਝਾ ਕਰੋ। ਲਹਿਜਾ ਕਬੱਡੀ ਇੱਕ ਮਾਂ ਖੇਡ ਹੈ ਕਿ ਰੰਗਲੇ ਪੰਜਾਬ ਦੀਆਂ ਗੱਲਾਂ ਨੇ ਨਿਆਰੀਆਂ, ਰੰਗਲੇ ਪੰਜਾਬ ਦੀਆਂ ਗੱਲਾਂ ਨੇ ਨਿਆਰੀਆਂ, ਖੇਡਾਂ 'ਚ ਕਬੱਡੀ ਨੇ ਮੱਲਾਂ ਨੇ ਉਮਾਰੀਆਂ, ਜਿਗਰੇ ਪੰਜਾਬੀਆਂ ਦੇ ਜੱਗ ਤੇ ਮਸ਼ਹੂਰ ਨੇ, ਮਿਹਨਤਾਂ ਤੋਂ ਬਿਨਾਂ ਬਿੱਟੂ ਮੰਜ਼ਲਾਂ ਵੀ ਦੂਰ ਨੇ, ਖੇਡਦਾ ਕਬੱਡੀ ਮੁੰਡਾ ਕਰਦਾ ਏ ਮਿਹਨਤ, ਮਿਲਦੀ ਤਰੱਕੀ ਰੱਬ ਭੇਜਦਾ ਏ ਰਹਿਮਤਾਂ, ਬਣ ਗਿਆ ਬੇੜ ਜੋ ਪੰਜਾਬ ਦੀ ਸ਼ਾਨ, ਹਰ ਗੱਭਰੂ ਦੀ ਇੱਛਾ ਬਣਾ ਮੈਂ ਸੁਲਤਾਨ, ਹਰ ਗੱਭਰੂ ਦੀ ਇੱਛਾ ਬਣਾ ਮੈਂ ਸੁਲਤਾਨ। ਬਹੁਤ ਵਧੀਆ ਲਹਿਜਾ ਤੁਹਾਡਾ ਕਮੈਂਟਰੀ ਦਾ ਲੱਖਾ ਜੀ, ਤੇ ਤੁਸੀਂ ਇਸ ਲਹਿਜੇ ਕਰਕੇ ਬਹੁਤ ਸਾਰੀ ਤਰੱਕੀ ਵੀ ਕੀਤੀ ਹੈ। ਹੁਣ ਸਾਨੂੰ ਇਹ ਦੱਸੋ ਕਿ ਇੱਕ ਜਿਹੜੀ ਕਮੈਂਟਰੀ ਹੈ ਹਨਾ ਕਬੱਡੀ ਦੀ ਕਮੈਂਟਰੀ, ਮੁੰਡੇ ਖੇਡਦੇ ਆ ਵੀ ਭਾਈ ਅਸੀਂ ਖੇਡ ਖੇਡਾਂਗੇ, ਕਬੱਡੀ ਦੀ ਖੇਡ ਖੇਡਣੀ ਆ, ਤੁਸੀਂ ਕਮੈਂਟਰੀ ਨੂੰ ਕਿਉਂ ਚੁਣਿਆ ਤੇ ਇਹਦੇ ਚੁਣਨ ਦਾ ਕੀ ਰਿਹਾ ਤੁਹਾਡੇ ਮਨ 'ਚ? ਮੈਂ ਜੀ ਨੀਟਾ ਜੀ, ਸਭ ਤੋਂ ਪਹਿਲਾਂ ਸਕੂਲਾਂ ਦੇ ਵਿੱਚ ਮੈਂ ਗਾਇਕੀ ਗੀਤ ਸੌਂਗ ਗਾਉਂਦਾ ਹੁੰਦਾ ਸੀ। ਉਸ ਤੋਂ ਬਾਅਦ ਸਕੂਲ ਦੇ ਵਿੱਚ ਜਦ ਪਲੇਅਰ ਖੇਡਦੇ ਹੁੰਦੇ, ਮੇਰੇ ਨਗਰ ਦੇ ਖਿਡਾਰੀ ਖੇਡਣੇ, ਮੈਂ ਗਰਾਊਂਡ ਦੇ ਵਿੱਚ ਹੀ ਕਮੈਂਟਰੀ ਕਰਨੀ। 2007 ਦੇ ਵਿੱਚ ਮੇਰੇ ਉਸਤਾਦ ਹੇਮਨ ਬਰਾੜ ਮੇਰੇ ਨਗਰ ਦੇ ਜਾਂ ਕੰਦਵਾਲਾ ਦੇ, ਉਹਨਾਂ ਨੇ ਮੈਨੂੰ ਪਹਿਲੀ ਵਾਰ ਮੈਕ ਫੜਾਇਆ ਤੇ ਮੈਂ ਕਮੈਂਟਰੀ ਦਾ ਜਿਹੜਾ ਸਫ਼ਰ ਉੱਥੋਂ ਸ਼ੁਰੂ ਕੀਤਾ। ਤੇ ਮੇਰੇ ਉਸਤਾਦ ਦਲਜੀਤ ਸਿੱਧੂ ਰਾਇਕ ਕਲਾਂ, ਜਿਨ੍ਹਾਂ ਨੂੰ ਮੈਂ ਦੇਖ ਕੇ ਬਾਜਾ ਖਾਨਾ ਖੇਡ ਸਟੇਡੀਅਮ ਦੇ ਵਿੱਚ ਉਹਨਾਂ ਨੂੰ ਮੈਂ ਸੁਣਦਾ ਹੁੰਦਾ ਸੀ, ਉਹਨਾਂ ਨੂੰ ਦੇਖ ਕੇ ਉਹਨਾਂ ਦੀ ਆਵਾਜ਼ ਸੁਣ ਕੇ ਉਹਨਾਂ ਤੋਂ ਭਾਵਕ ਹੋ ਕੇ ਜਿਹੜਾ ਕਮੈਂਟਰੀ ਵਾਲੇ ਪਾਸੇ ਆਇਆ। ਅੱਛਾ, ਤੁਸੀਂ ਮਤਲਬ ਕਮੈਂਟਰੀ ਵਾਲੇ ਪਾਸੇ ਉਹਨਾਂ ਦੇ ਤੁਹਾਡੇ ਜਿਹੜੇ ਉਸਤਾਦ ਤੁਸੀਂ ਦੋਨੇ ਜਣੇ ਦੇ, ਸਿੱਖ ਤਾਂ ਤੁਹਾਡੇ ਪਿੰਡ ਦਾ ਹੀ ਹੈ, ਤੇ ਉਹਨਾਂ ਦੇ ਕੀ ਇੱਕ ਉਹਨਾਂ ਦੀ ਐਸੀ ਖਾਸ ਗੱਲ ਹੋਈ ਜਿਸ ਤੋਂ ਤੁਸੀਂ ਪ੍ਰਭਾਵਿਤ ਹੋਏ? ਖਾਸ ਗੱਲ ਇਹੀ ਸੀ ਜੀ, ਉਹਨਾਂ ਦਾ ਨਾਮ ਵਧੀਆ ਸੀ, ਉਹਨਾਂ ਨੂੰ ਲੋਕ ਸਨਮਾਨ ਪਿਆਰ ਦਿੰਦੇ ਸੀ। ਜਦ ਦੇਖਿਆ ਵੀ ਆਪਦੇ ਮਨ ਦੇ ਵਿੱਚ ਹੀ ਉਤਸ਼ਾਹ ਆਇਆ ਵੀ ਇਹਨਾਂ ਨੂੰ ਮੇਰਾ ਵੀ ਨਾਮ ਬਣੇ, ਮੈਂ ਵੀ ਇਸ ਲਾਈਨ ਦੇ ਵਿੱਚ ਆਵਾਂ ਤੇ ਕਮੈਂਟਰੀ ਕਰਾਂ ਤੇ ਮੇਰਾ ਵੀ ਨਾਮ ਮੇਰੇ ਮਾਪਿਆਂ ਦਾ ਨਾਮ ਬਣੇ। ਲੱਖਾ ਜੀ, ਤੁਸੀਂ ਗੱਲ ਕੀਤੀ ਵੀ ਕਬੱਡੀ ਦੇ ਤੁਸੀਂ ਇੱਕ ਕਿਸੇ ਨਾ ਕਿਸੇ ਤੋਂ ਪ੍ਰਭਾਵਿਤ ਹੋ ਕੇ ਤੁਸੀਂ ਇਹ ਕੀਤਾ,
पर हुण थोड़ी शुरुआत किवें होई वी तुसी दस्या वी बचपन च तुसी वैसे ही खेडदे रहिंदे सी वी प्रोफेशनल तरीके दे नाल शुरुआत किवें होई थोड़ी प्रोफेशनल तरीके दे नाल यही होया जी घर दे विच बहुत ज्यादा गरीबी सी उदों यही सोच सी वी निक्का मैं हुंदा सी वी मन दे विच यही ज्यादा सोच सी वी किसे ना किसे लैन नूं चुना जावे मैनूं इह लैन वधिया लगी कमेंट्री दी वी कमेंट्री वाले पासे आया जावे वधिया आपां रुजगार जिहड़ा चला सकीए किन्ने साल हो गए तुहानूं साल मैं 2007-08 दे विच इक मिंट्री दा जिहड़ा सफर शुरू होया हुण 2020 चल रहा है लगभग मन के चलो भी आपां नूं 17-18 साल इस लाइन दे ते जदों तुसी इह लाइन चुनी है उदों कबड्डी दे विच इन्ना स्कोप नहीं सीगा इन्ना कबड्डी दे विच कोई पैसा भी नहीं सीगा हाँ जी हाँ जी ते थोनू कदे डर जा नहीं लग्या वी मेरा इधर लाइन च इहदे च पैसा भी है नहीं गा या ते मैं किवें उह करूंगा सर्वाइव सरवा जी उदों डर यह सी जद मैं पहला टूरनामेंट ही बोलिया ना उदों के आम बंदे दी जिहड़ी दिहाड़ी सी ओह 70 रुपए सी मैं पहला टूरनामेंट जिहड़ा बोलिया ओह गोनियाणा खुरद दे विच बोलिया मैनूं पहले टूरनामेंट दे विच ही इक दिन दे 50 रुपए दित्ते ते मेरे मन नूं बड़ी खुशी होई वी अज मैं 50 दे काबल हो गया वी आम बंदा सारी दिहाड़ी काम करदा मैं कमेंट्री कीती आ मैनूं शाबाशे मैनूं प्यार ਲੋਕਾਂ ਨੇ ਦਿੱਤਾ ਤੇ ਮੈਨੂੰ 50 ਰੁਪਏ ਵੀ ਮਿਲੇ ਤੇ ਇੱਕ ਸਨਮਾਨ ਵਜੋਂ ਇੱਕ ਟਰਾਫੀ ਮਿਲੀ ਸੀ ਜੋ ਅੱਜ ਵੀ ਆਪਣੇ ਘਰ ਦੇ ਵਿੱਚ ਮੌਜੂਦ ਹੈ ਤੇ ਉਹਨੂੰ ਮੈਂ ਬੜਾ ਚਾਹ ਸੀ ਮੇਰੇ ਦਿਲ ਦੇ ਵਿੱਚ ਤੇ ਜਦੋਂ ਤੁਸੀਂ ਇਹ ਪ੍ਰੋਫੈਸ਼ਨ ਚੁਣਿਆ ਮੰਨ ਲਓ ਤੁਸੀਂ ਉਦੋਂ ਮੈਂ ਜਿਵੇਂ ਤੁਸੀਂ ਕਹਿੰਦੇ ਵੀ ਘਰ ਦੇ ਵੀ ਹਾਲਾਤ ਖਰਾਬ ਸੀਗੇ ਹਾਂਜੀ ਹਾਂਜੀ ਤੇ ਘਰਦਿਆਂ ਨੇ ਲੜੇ ਨੀ ਵੀ ਕਿੱਧਰ ਤੁਰ ਗਿਆ ਆਪਾਂ ਨੂੰ ਤਾਂ ਰੋਟੀ ਚਾਹੀਦੀ ਹੈ ਤੇ ਤੁਸੀਂ ਕਿੱਧਰ ਕਬੱਡੀਆਂ ਕਬੱਡੀਆਂ ਚ ਖੇਡਾਂ ਚ ਤੁਰ ਗਿਆ ਇੱਧਰ ਪੈਸਾ ਹੈ ਨੀ ਘਰਦੇ ਨੀ ਲੜੇ ਨਹੀਂ ਘਰਦੇ ਮੈਨੂੰ ਕੋਈ ਨੀ ਲੜਿਆ ਜੀ ਕਿਉਂਕਿ ਮੇਰੀ ਸਿਸਟਰ ਸੀ ਮੇਰੀ ਮਾਤਾ ਉਹ ਬਲਾਈਂਡ ਅੱਖਾਂ ਤੋਂ ਮੈਂ ਜਦ ਗਿਆ ਘਰਦਿਆਂ ਜਦੋਂ ਮੈਂ ਪੈਸਾ 50 ਰੁਪਏ ਲੈ ਕੇ ਆਇਆ ਨਾ ਚਾਹ ਹੀ ਇੰਨਾ ਕਿ ਵਿਆਹ ਜਿੰਨਾ ਚਾਹ ਚੜਿਆ ਪਿਆ ਸੀ ਸਾਡੇ ਮੁੰਡੇ ਨੂੰ ਅੱਜ ਇੱਕ ਸਨਮਾਨ ਵਜੋਂ ਮਿਲਿਆ ਜਦੋਂ ਮੈਂ ਟਰਾਫੀ ਉਹ ਅੰਦਰ ਰੱਖੀ ਸਨਮਾਨ ਵਜੋਂ ਮੈਂ ਅੰਦਰ ਵੜਦਾ ਸੀ ਬਾਹਰ ਨਿਕਲਦਾ ਸੀ ਅੰਦਰ ਵੜਦਾ ਸੀ ਬਾਹਰ ਨਿਕਲਦਾ ਸੀ ਇੰਨਾ ਮੈਨੂੰ ਜਾਣੀ ਕਿ ਚਾਹ ਚੜਿਆ ਹੋਇਆ ਸੀ ਦੂਸਰਾ ਟੂਰਨਾਮੈਂਟ ਮੈਂ ਜਾਣੀ ਕਿ ਗੋਨਿਆਣਾ ਖੁਰਦ ਤੋਂ ਬਾਅਦ ਬਰਗਾੜੀ ਤੋਂ 3 ਕਿਲੋਮੀਟਰ ਦੀ ਦੂਰੀ ਤੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਉੱਥੇ ਮੈਂ ਬੋਲਿਆ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਮੇਰੇ ਮਨ ਦੇ ਵਿੱਚ ਹੋਰ ਉਤਸ਼ਾਹ ਹੋ ਗਿਆ ਵੀ ਐਂ ਕਰਕੇ ਮੈਂ ਕਮੈਂਟਰੀ ਦੇ ਵਿੱਚ ਮੈਨੂੰ ਪਿਆਰ ਮਿਲ ਰਿਹਾ ਫਿਰ ਬੁਰਜ ਜਵਾਹਰ ਸਿੰਘ ਵਾਲਾ ਤੋਂ ਮੈਂ ਖਿਆਲੀ ਵਾਲਾ ਵਿੰਝੂ ਕਾ ਪਿੰਡ ਹੈ ਬਾਬਾ ਜਗ ਸਿੰਘ ਸਪੋਰਟਸ ਕਲੱਬ ਜਿਹੜੇ ਮੁੰਡੇ ਟੂਰਨਾਮੈਂਟ ਕਰਾਉਂਦੇ ਆ ਉਹ ਨਗਰ ਨੇ ਤਾਂ ਮੈਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ 3 ਦਿਨ ਮੈਂ ਕਮੈਂਟਰੀ ਕੀਤੀ 3 ਦਿਨਾਂ ਦੇ ਵਿੱਚ ਜਾਣੀ ਕਿ ਪੰਜਾਹਾਂ ਤੋਂ ਮੰਨੋ 900 ਰੁਪਇਆ ਮੈਨੂੰ ਦਿੱਤਾ 300 ਰੁਪਇਆ ਮੈਨੂੰ ਉਸ ਟਾਈਮ ਦੇ ਵਿੱਚ ਜਾਣੀ ਕਿ ਦਿਹਾੜੀ ਮੰਨੀਏ ਜਾਂ ਮੈਨੂੰ ਸਨਮਾਨ ਵਜੋਂ ਦਿੱਤਾ ਜਦੋਂ 70 ਰੁਪਏ ਬੰਦਾ ਦਿਹਾੜੀ ਸਾਰਾ ਦਿਨ ਖੱਪ ਕੇ 70 ਰੁਪਏ ਕਮਾਉਂਦਾ ਸੀ ਤੁਸੀਂ 300 ਰੁਪਇਆ ਕਮਾਉਣ ਲੱਗ ਗਏ ਹਾਂਜੀ ਹਾਂਜੀ ਤੇ ਇੱਕ ਜਦੋਂ ਫਿਰ ਤੁਸੀਂ ਉਸ ਉਤਸ਼ਾਹ ਤੋਂ ਬਾਅਦ ਮਤਲਬ ਇਹਨਾਂ ਤਿੰਨਾਂ ਟੂਰਨਾਮੈਂਟ ਤੋਂ ਬਾਅਦ ਫਿਰ ਤੁਸੀਂ ਜਿਹੜੀ ਕਿਹੜੇ ਕਿਹੜੇ ਟੂਰਨਾਮੈਂਟ ਤੇ ਵੀ ਬੋਲੇ ਆਪਣੀ ਜਿਹੜੀ ਕਮੈਂਟਰੀ ਦੇ ਆਪਣੀ ਦੇ ਜ਼ੋਰ ਵਿਖਾਏ ਹਾਂਜੀ ਉਸ ਤੋਂ ਬਾਅਦ ਜਾਨੀ ਕਿ ਮੈਂ ਸਾਡੇ ਹਰਜੀਤ ਕਬੱਡੀ ਕੱਪ ਵਾਜਿਆ ਖਾਨਾ ਹਰਜੀਤ ਬਰਾੜ ਦੀ ਯਾਦ ਦੇ ਵਿੱਚ ਬੜਾ ਮਸ਼ਹੂਰ ਕੱਪ ਆਪਣੇ ਇਲਾਕੇ ਦਾ ਉੱਥੇ ਕਬੱਡੀ ਕੱਪ ਚੱਲ ਰਿਹਾ ਸੀ ਮੇਰੇ ਉਸਤਾਦ ਦਲਜੀਤ ਸਿੰਘ ਸਿੱਧੂ ਰਾਏ ਕੇ ਕਲਾਂ ਉੱਥੇ ਕਮੈਂਟਰੀ ਕਰ ਰਹੀ ਸੀ ਮੈਂ ਜਦ ਉਹਨਾਂ ਕੋਲੇ ਗਿਆ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਬੋਲੋ ਮੈਂ ਜਦ ਬਾਜੇ ਖਾਨੇ ਟੂਰਨਾਮੈਂਟ ਤੇ ਬੋਲਿਆ ਉਹਨਾਂ ਨੇ ਮੇਰੀ ਆਵਾਜ਼ ਨੂੰ ਪਸੰਦ ਕੀਤਾ ਮੈਨੂੰ ਕਹਿੰਦੇ ਆਵਾਜ਼ ਤੁਹਾਡੀ ਮੇਰੇ ਵਾਲੀ ਹੈ ਤੇ ਪੁੱਤ ਘੁੱਦਾ ਪਿੰਡ ਹੈ ਬਠਿੰਡੇ ਕੋਲੇ ਤੂੰ ਉੱਥੇ ਜਾ ਵੜੇਗਾ ਮੈਂ ਜੀ ਮੈਂ ਜਾ ਵੜੂੰਗਾ ਉਹਨਾਂ ਨੇ ਮੈਨੂੰ ਜਾਣੀ ਕਿ ਚੜਾਤਾ ਉਹਦੀ ਮੇਰੀ ਉਮਰ ਨਿੱਕੀ ਸੀ ਮੈਂ ਘੁੱਦੇ ਪਿੰਡ ਦੇ ਵਿੱਚ ਜਾਂਦਾ ਜਾਂਦਾ ਹੀ ਰਾਹ 'ਚ 3-4 ਵਾਰੀ ਖੜਾ ਹੋਇਆ ਬੱਸ ਵਾਲੇ ਕਨੈਕਟਰ ਨੇ ਮੈਨੂੰ ਕਿਹਾ ਬਾਈ ਤੂੰ ਕਿੱਥੇ ਜਾਣਾ ਤੈਨੂੰ ਉਤਾਰ ਦਾਂਗੇ ਜਾਣੀ ਕਿ ਰਸਤੇ ਦੇ ਵਿੱਚ ਨਰੂਆਣਾ ਜੈ ਸਿੰਘ ਵਾਲਾ ਪਿੰਡ ਆਏ ਮੈਂ ਜਿਹੜਾ ਪਿੰਡ ਆਏ ਮੈਂ ਖੜਾ ਹੋ ਜਾ ਕਰਾਂ ਪਰ ਜਦ ਮੈਂ ਘੁੱਦੇ ਪਿੰਡ ਦੇ ਵਿੱਚ ਗਿਆ ਉਹ ਨਗਰ ਨੇ ਹੀ ਮੈਨੂੰ ਜਾਣੀ ਕਿ ਮੇਨ ਬਹੁਤ ਜ਼ਿਆਦਾ ਪਿਆਰ ਦਿੱਤਾ ਉਸ ਨਗਰ ਨੇ ਉੱਥੋਂ ਜਾਣੀ ਕਿ ਮੈਂ ਕਮੈਂਟਰੀ ਦਾ ਮੇਨ ਇਹ ਲੈਣੀ ਚਾਹੁੰਦੀ ਵੀ ਹੁਣ ਆਪਾਂ ਕਮੈਂਟਰੀ ਕਰਨੀ ਆ ਵਧੀਆ ਪਿਆਰ ਮਿਲ ਰਿਹਾ ਮਤਲਬ ਘੁੱਦੇ ਪਿੰਡ ਦੇ ਟੂਰਨਾਮੈਂਟ ਤੋਂ ਬਾਅਦ ਤੁਸੀਂ ਵੀ ਪੱਕਾ ਤੌਰ ਤੇ ਧਾਰ ਲਿਆ ਵੀ ਹੁਣ ਵੀ ਅੱਜ ਤੋਂ ਬਾਅਦ ਵੀ ਮੈਂ ਕਮੈਂਟਰੀ ਬਣਨਾ ਤੇ ਕਮੈਂਟਰੀ ਕਰਨੀ ਹਾਂਜੀ ਹਾਂਜੀ ਤੇ ਤੁਸੀਂ ਹੁਣ ਆਪਾਂ ਅੱਗੇ ਗੱਲ ਕਰੀਏ ਉਹਦੇ ਨਾਲ ਇੱਕ ਹੋਰ ਕੋਈ ਕਬੱਡੀ ਦਾ ਜਿਹੜਾ ਤੁਹਾਡਾ ਬੜਾ ਹੀ ਮਸ਼ਹੂਰ ਜਿਹੜਾ ਵੀ ਹੁੰਦਾ ਵੀ ਇੱਕ ਬੰਦੇ ਦਾ ਲਹਿਜਾ ਹੁੰਦਾ ਜਾਂ ਇੱਕ ਸ਼ੇਅਰ ਹੁੰਦਾ ਜਿਹੜਾ ਲੋਕ ਡਿਮਾਂਡ ਕਰਦੇ ਵੀ ਬਈ ਆਸਨਾ ਉਹ ਸਾਡੇ ਦਰਸ਼ਕਾਂ ਨੂੰ ਦੱਸ ਡਿਮਾਂਡ ਤਾਂ ਜਿਹੜੀ ਮੇਰੇ ਸ਼ੇਅਰ ਤੋਂ ਬਣੀ ਆ ਜੀ ਉਹ ਇਹ ਸੀ ਸਭ ਤੋਂ ਪਹਿਲਾਂ ਮੈਂ ਇੱਕ ਨਸ਼ੇ ਵਾਲਾ ਸ਼ੇਅਰ ਸੁਣਾਉਂਦਾ ਹੁੰਦਾ ਸੀ ਕਿ ਸਵੇਰ ਸੁੱਕੀ ਚਾਹ ਨਾ ਹੱਟੀ ਤੋਂ ਲੈਣ ਜਾ ਕੇ ਬੀੜੀ ਜਰਦੇ ਵਾਲਿਆਂ ਦੀ ਭੀੜ ਬੜੀ ਹੁੰਦੀ 8 ਵਜੇ ਨਾ ਸਵੇਰ ਕਹਿੰਦੇ ਬੱਸ ਚੜੀਏ ਸਾਰੀ ਮੱਛਰੀ ਮੜੀ ਤੇ ਉਹਦੇ ਚੜੀ ਹੁੰਦੀ 10 ਵਾਲੀ ਨਾ ਕਹਿੰਦੇ ਰੇਲ ਗੱਡੀ ਚੜ ਗਏ ਉਹ ਤਾਂ ਸੰਗਰਗੇ ਤੱਕ ਭੁੱਕੀ ਵਾਲਿਆਂ ਦੀ ਭਰੀ ਹੁੰਦੀ 4 ਵਜੇ ਨਾ ਠੇਕੇ ਦੇ ਕੋਲ ਜਾ ਕੇ ਮੁੱਛ ਨੰਗ ਦੀ ਵੀ ਉੱਥੇ ਖੜੀ ਹੁੰਦੀ ਜੱਟ ਨੂੰ ਜੱਟ ਨਹੀਂ ਪਾਣੀ ਲਾਉਣ ਦਿੰਦਾ ਜਦੋਂ ਜੱਟ ਦੀ ਕਿਸੇ ਨਾਲ ਅੜੀ ਹੁੰਦੀ ਤੇ ਲੱਖੇ ਬਰਾੜਾ ਫਰੇਡਰ ਕਿੱਥੋਂ ਭੱਜੂਗਾ ਜੇ ਗੁੱਟ ਫੜ ਕੇ ਕੈਂਚੀ ਜੜੀ ਹੁੰਦੀ ਇਹ ਸ਼ੇਰ ਤੋਂ ਜਾਨੀ ਕਿ ਮੇਰਾ ਨਾਂ ਜਿਹੜਾ ਉਹ ਕਬੱਡੀ ਦੇ ਵਿੱਚ ਹੈ ਲੱਖਾ ਜੀ ਹੁਣ ਤੱਕ ਤੁਸੀਂ ਕਿੰਨੇ ਟੂਰਨਾਮੈਂਟ 'ਚ ਕਮੈਂਟਰੀ ਕਰ ਚੁੱਕੇ ਹੋ ਤਾਂ ਕਿੱਥੇ ਕਿੱਥੇ ਜਾ ਚੁੱਕੇ ਹੋ ਹੁਣ ਤੱਕ ਜਿਹੜੀ ਮੈਂ ਕਮੈਂਟਰੀ ਹੈ ਜੀ ਲਗਭਗ ਸਾਲ ਦੇ ਵਿੱਚ ਮੈਂ
60 ਤੋਂ 65 ਪਿੰਡ ਜਿਹੜੇ ਟੂਰਨਾਮੈਂਟਾਂ ਦੀ ਕਮੈਂਟਰੀ ਕਰਦਾ ਜ਼ਿਆਦਾ ਹੋ ਸਕੇ ਤਾਂ ਜ਼ਿਆਦਾ ਕਿਉਂਕਿ ਪੰਜਾਬ ਹਰਿਆਣਾ ਰਾਜਸਥਾਨ ਦੇ ਇਲਾਕੇ ਨੇ ਮੈਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਜਿਵੇਂ ਕਿ ਗੁਰਸਿੰਘਪੁਰ ਹੋ ਗਿਆ ਪਦਮਪੁਰ ਹੋ ਗਿਆ ਉਧਰ ਕਰਨਪੁਰ ਇਧਰ ਬੀਕਾਨੇਰ ਸਿਰ ਵਾਲੀ ਬਾਜੂ ਵਾਲਾ ਖਾਜੂ ਵਾਲਾ ਅਨੂਪਗੜ੍ਹ ਇਧਰ ਇਲਾਕੇ ਨੇ ਮੈਨੂੰ ਤੇ ਪੰਜਾਬ ਦੇ ਬਹੁਤ ਸਾਰੇ ਕਬੱਡੀ ਕੱਪਾਂ ਤੇ ਹਰਿਆਣੇ ਦੇ ਵਿੱਚ ਵੀ ਜਾਣ ਦਾ ਮੈਨੂੰ ਮੌਕਾ ਮਿਲਿਆ ਤੁਸੀਂ ਹੁਣੇ ਇੱਕ ਸ਼ੇਅਰ ਸੁਣਾਇਆ ਨਸ਼ਿਆਂ ਬਾਰੇ ਹਾਂਜੀ ਹਾਂਜੀ ਤੇ ਅੱਜ ਦੇ ਪੰਜਾਬ ਪੰਜਾਬ ਦੀ ਜਿਹੜੀ ਅਜੋਕੀ ਪੀੜ੍ਹੀ ਹੈ ਹਨਾ ਜੀ ਤੇ ਉਹ ਨਸ਼ੇ ਵੱਲ ਬਹੁਤ ਜ਼ਿਆਦਾ ਹੈ ਨਸ਼ਾ ਵੀ ਪਤਾ ਨਹੀਂ ਕੀ ਕਹੀਏ ਨਸ਼ਿਆਂ ਦੇ ਨਾਮ ਵੀ ਅਜੀਬ ਅਜੀਬ ਹੋ ਗਿਆ ਹਾਂਜੀ ਹਾਂਜੀ ਚਿੱਟਾ ਕਾਲਾ ਪਤਾ ਨਹੀਂ ਕੀ ਕੁਛ ਹੋ ਗਿਆ ਸਹੀ ਗੱਲ ਹੈ ਖੇਡਾਂ ਵੱਲ ਉਤਸ਼ਾਹਿਤ ਹੋਣ ਲਈ ਹਨਾ ਵੀ ਬੰਦੇ ਨੂੰ ਨਸ਼ੇ ਤੋਂ ਖੇਡਾਂ ਵੱਲ ਜੇ ਕੋਈ ਹੋਵੇ ਉਤਸ਼ਾਹਿਤ ਵੀ ਖੇਡਾਂ ਨੂੰ ਖੇਡਦਾ ਉਹ ਨਸ਼ੇ ਤੋਂ ਵੀ ਦੂਰ ਹੋ ਜਾਂਦਾ ਹਾਂਜੀ ਹਾਂਜੀ ਪਰ ਪੰਜਾਬ ਦੀ ਨੌਜਵਾਨੀ ਕਿਉਂ ਨਸ਼ਿਆਂ ਵੱਲ ਜਾ ਰਹੀ ਹੈ ਨਸ਼ਿਆਂ ਵੱਲ ਜੀ ਹੈ ਕਿ ਮੇਨ ਨੀਟਾ ਜੀ ਜਾਣੀ ਕਿ ਆਪਾਂ ਕਹੀਏ ਅੱਜ ਕੱਲ੍ਹ ਦੇ ਜਿਹੜੇ ਮੁੰਡੇ ਹੈ ਕੰਮ ਕਾਰ ਛੱਡ ਚੁੱਕੇ ਆ ਬੇਈਮਾਨੀ ਹਰ ਇੱਕ ਇਨਸਾਨ ਦੇ ਵਿੱਚ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਭਰਾ ਨੂੰ ਭਰਾ ਨਹੀਂ ਬਖਸ਼ ਰਿਹਾ ਠੀਕ ਹੈ ਮਾਂ ਨੂੰ ਪੁੱਤ ਨਹੀਂ ਬਖਸ਼ ਰਿਹਾ ਇੱਥੋਂ ਤੱਕ ਗੱਲ ਜਾਣੀ ਕਿ ਜਿਹੜੀ ਹੁਣ ਨਿਪਟੀ ਹੋਈ ਹੈ ਹਰੇਕ ਨਸ਼ੇ ਦੇ ਦੌਰ ਵੱਲ ਜ਼ਿਆਦਾ ਇਸੇ ਕਰਕੇ ਜਿਹੜਾ ਅੱਜ ਦਾ ਸਮਾਜ ਆ ਅੱਜ ਦੇ ਨੌਜਵਾਨ ਪੀੜ੍ਹੀ ਹੈ ਜਿਹੜੀ ਉਹ ਵਧੀ ਹੋਈ ਹੈ ਕੰਮ ਕਰਕੇ ਕੋਈ ਖੁਸ਼ ਨਹੀਂ ਮੇਨ ਜਿਹੜੀ ਗੱਲ ਇਹ ਹੈ ਤੇ ਜਿਵੇਂ ਹੁਣ ਆਪਾਂ ਇਹ ਗੱਲ ਕਰੀਏ ਵੀ ਕਬੱਡੀ ਚ ਪਹਿਲਾਂ ਪੈਸਾ ਹੈ ਨਹੀਂ ਸੀ ਹੁਣ ਕਬੱਡੀ ਚ ਪੈਸਾ ਆਇਆ ਕਿਉਂਕਿ ਕਬੱਡੀ ਦੇ ਵਰਲਡ ਕੱਪ ਵਰਗੇ ਇਹ ਕਰਵਾਏ ਗਏ ਤੇ ਜਦੋਂ ਨੌਜਵਾਨਾਂ ਨੂੰ ਪਤਾ ਲੱਗਿਆ ਵੀ ਭਾਈ ਇਹ ਕਬੱਡੀ ਦੇ ਵਿੱਚ ਵੀ ਹੈ ਤੇ ਬਹੁਤ ਸਾਰੇ ਨੌਜਵਾਨ ਕਬੱਡੀ ਵੱਲ ਜੁੜੇ ਵੀ ਆ ਜੁੜੇ ਵੀ ਆ ਕੀ ਸਾਡੀਆਂ ਸਰਕਾਰਾਂ ਇਹੋ ਜਿਹੇ ਹੋਰ ਉਪਰਾਲੇ ਨਹੀਂ ਕਰ ਸਕਦੀਆਂ ਇਕੱਲੀ ਕਬੱਡੀ ਵੱਲ ਵੀ ਜਾਂ ਕੋਈ ਸਭ ਬਹੁਤ ਸਾਰੀਆਂ ਖੇਡਾਂ ਦਾ ਇੱਕ ਸਿਸਟਮ ਬਣਾਇਆ ਜਾਵੇ ਹਾਂਜੀ ਹਾਂਜੀ ਹਨਾ ਆਪਣੀ ਸਟੇਟ ਦੇ ਵਿੱਚ ਜਿਹਦੇ ਕਰਕੇ ਵੀ ਨੌਜਵਾਨ ਲੱਗਣ ਜਿਵੇਂ ਹੁਣ ਤੁਸੀਂ ਕਮੈਂਟਰੀ ਚ ਲੱਗੇ ਹੋ ਕਮੈਂਟਰੀ ਚ ਹੀ ਤੁਹਾਨੂੰ ਵਧੀਆ ਪੈਸਾ ਬਣ ਰਿਹਾ ਬਹੁਤ ਮਾਨ ਸਨਮਾਨ ਵੀ ਹੋ ਰਿਹਾ ਹਾਂਜੀ ਹਾਂਜੀ ਹਨਾ ਕੀ ਇਹ ਸਾਡੀ ਸਰਕਾਰਾਂ ਨੂੰ ਕਰਨਾ ਚਾਹੀਦਾ ਸਰਕਾਰਾਂ ਨੂੰ ਲੋੜ ਆ ਜੀ ਕਿਉਂਕਿ ਇੰਨੇ ਨੌਜਵਾਨ ਜਿਹੜੇ ਬੇਰੁਜ਼ਗਾਰ ਫਿਰ ਰਹੇ ਆ ਕਿਸੇ ਪਾਸੇ ਕੋਈ ਕੰਮ ਨਹੀਂ ਮਿਲ ਰਿਹਾ ਜੇ ਖੇਡਾਂ ਵਾਲੇ ਪਾਸੇ ਸਰਕਾਰ ਉਤਸ਼ਾਹਿਤ ਕਰੇ ਤਾਂ ਮੁੰਡਿਆਂ ਨੂੰ ਨਾਲ ਤਾਂ ਰੁਜ਼ਗਾਰ ਮਿਲਦਾ ਨਾਲੇ ਸਰੀਰਕ ਫਿਟਨੈਸ ਮਿਲਦੀ ਹੈ ਇਹੀ ਸਰਕਾਰਾਂ ਨੂੰ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਖੇਡਾਂ ਵਾਲੇ ਪਾਸੇ ਇੱਕ ਕਬੱਡੀ ਨੂੰ ਇੱਕ ਮਾਂ ਖੇਡ ਦਾ ਦਰਜਾ ਦਿੱਤਾ ਗਿਆ ਜਿਹੜੀ ਭਲਵਾਨੀ ਦੇ ਵਿੱਚੋਂ ਇਹ ਕਬੱਡੀ ਦਾ ਜਨਮ ਹੋਇਆ ਤੇ ਕਬੱਡੀ ਨੂੰ ਇੱਕ ਮਾਂ ਖੇਡ ਦਾ ਜਿਹੜਾ ਦਰਜਾ ਮਿਲਿਆ ਸਾਡੇ ਪਹਿਲਾਂ ਜਿਹੜੇ ਬਜ਼ੁਰਗ ਖੇਡਦੇ ਹੁੰਦੇ ਸੀ ਕਿਸੇ ਨੂੰ ਜੱਗ ਕਿਸੇ ਨੂੰ ਤੌਲੀਏ ਕਿਸੇ ਨੂੰ ਗਲਾਸ ਕਿਸੇ ਨੂੰ ਬਲੈਣਾ ਮਿਲਦੀਆਂ ਸੀ ਪਰ ਜਦ 2010 ਦੇ ਵਿੱਚ ਵਰਲਡ ਕਬੱਡੀ ਕੱਪ ਕਰਵਾਇਆ ਵਰਲਡ ਕਬੱਡੀ ਕੱਪ ਤੋਂ ਬਾਅਦ ਜਿਹੜੀ ਕਬੱਡੀ ਦੀ ਆਪਾਂ ਕਹੀਏ ਵੀ ਸ਼ੁਰੂਆਤ ਹੀ ਐਸੀ ਹੋ ਗਈ ਮੁੰਡੇ ਖੇਡਾਂ ਵਾਲੇ ਪਾਸੇ ਜਿਹੜੇ ਪਿੰਡ ਦੇ ਵਿੱਚ 3 ਖਿਡਾਰੀ ਖੇਡਦੇ ਸੀ ਅੱਜ ਦੇ ਟਾਈਮ ਦੇ ਵਿੱਚ 300 ਮੁੰਡਾ ਖੇਡਣ ਨੂੰ ਤਿਆਰ ਇਹ ਜਿਹੜਾ ਸਰਕਾਰ ਜੇ ਉਪਰਾਲੇ ਕਰੇ ਤਾਂ ਨੌਜਵਾਨ ਜਿਹੜੇ ਮੁੰਡੇ ਆ ਉਹ ਰੁਜ਼ਗਾਰ ਵਾਲੇ ਪਾਸੇ ਵੀ ਆ ਸਕਦੇ ਆ ਤੇ ਨਸ਼ਾ ਤੋਂ ਦੂਰ ਹੋ ਸਕਦੇ ਜਿਵੇਂ ਹੁਣ ਕਬੱਡੀ ਚ ਤੁਹਾਡੀ ਕਮੈਂਟਰੀ ਚ ਵੀ ਤੁਹਾਨੂੰ ਬਹੁਤ ਸਾਰਾ ਮਾਨ ਸਨਮਾਨ ਵੀ ਮਿਲ ਰਿਹਾ ਤੇ ਪੈਸਾ ਵੀ ਮਿਲ ਰਿਹਾ ਕਬੱਡੀ ਚ ਵੀ ਕੀ ਕੋਈ ਹੈ ਸਕੋਪ ਵੀ ਪੈਸਾ ਵੀ ਹੋਵੇ ਤੇ ਮਾਨ ਸਨਮਾਨ ਤਾਂ ਆਪਣੇ ਆਪ ਬਣ ਜਾਂਦਾ ਤੇ ਇਹ ਪੈਸਾ ਵੀ ਮਿਲਦਾ ਚੰਗਾ ਮਿਲਦਾ ਚੰਗਾ ਪੈਸਾ ਮਿਲਦਾ ਜੀ ਜਿਵੇਂ ਕਿ ਪਹਿਲਾਂ ਮੰਨ ਕੇ ਤੁਹਾਨੂੰ ਮੈਂ ਗੱਲ ਕੀਤੀ ਹੈ ਨੀਟਾ ਜੀ ਵੀ ਜੱਗ ਤੋਲੀ ਗਲਾਸ ਸੀ ਹੁਣ ਪਿੰਡਾਂ ਦੇ ਵਿੱਚ ਪਹਿਲਾਂ ਮੰਨ ਲਓ 31,000 ਤੇ 21,000 ਨੂੰ ਬਹੁਤ ਪ੍ਰਾਈਜ਼ ਮੰਨਿਆ ਜਾਂਦਾ ਸੀ ਹੁਣ ਤਾਂ 1,00,000 1.5 ਲੱਖ 2-2 ਲੱਖ ਰੁਪਇਆ 5 ਲੱਖ ਰੁਪਇਆ ਪ੍ਰਾਈਜ਼ ਇੱਕ ਰੇਟ ਤੇ ਹੁਣ ਮੰਨ ਕੇ ਚੱਲੋ 7.5-7 ਲੱਖ ਰੁਪਇਆ ਜਿਹੜਾ ਲੱਗ ਜਾਂਦਾ ਬੈਸਟਾਂ ਦੇ ਲਈ ਗੱਡੀਆਂ ਰੱਖਦੇ ਆ ਟਰੈਕਟਰ ਰੱਖਦੇ ਆ ਘੋੜੇ ਰੱਖਦੇ ਆ ਇੱਕ ਸਨਮਾਨ ਵੀ ਵਧੀਆ ਪਲੇਅਰਾਂ ਦਾ ਇੱਕ ਪਿਆਰ ਵੀ ਹੈ ਤੇ ਦੁਨੀਆ ਭਰ ਦੇ ਵਿੱਚ ਜਿਹੜਾ ਨਾਂ ਰਹਿੰਦਾ ਪਲੇਅਰ ਦਾ ਜੇ ਅੱਜ ਦੇ ਟਾਈਮ ਦੇ ਵਿੱਚ ਕੋਈ ਪਲੇਅਰ ਖੇਡਦਾ ਜਿਹਨੇ ਕੁਝ ਜਿੱਤਿਆ ਉਹਦਾ ਨਾਂ ਜਿਵੇਂ ਖੁਸ਼ੀ ਮੰਨੋ ਖੁਸ਼ੀ ਨੇ ਹੁਣ ਤੱਕ 100 ਮੋਟਰਸਾਈਕਲ ਜਿੱਤ ਲਿਆ ਸੁਲਤਾਨ ਹੈ ਉਹਨੇ 98 ਜਿੱਤ ਲਏ ਅਗਲਾ ਬੱਚਾ ਪਿਆਰ ਕਰਦਾ ਮੈਂ ਸੁਲਤਾਨ ਬਣਾ ਮੈਂ ਖੁਸ਼ੀ ਬਣਾ ਵੀ ਜਿਹੜੇ ਉਹਨਾਂ ਨੂੰ ਮੈਂ ਵੀ ਮੋਟਰਸਾਈਕਲ ਜਿੱਤਾ ਮੇਰਾ ਵੀ ਨਾਂ ਜਿਹੜਾ ਦੁਨੀਆ ਦੇ ਵਿੱਚ ਬਣੇ ਲੱਖਾ ਜੀ ਸਨਮਾਨਾਂ ਦੀ ਗੱਲ ਕੀਤੀ ਤੁਸੀਂ ਤੁਹਾਨੂੰ ਹੁਣ ਤੱਕ ਕਿੰਨੇ ਕੁ ਸਨਮਾਨ ਤੁਸੀਂ ਮਿਲ ਚੁੱਕੇ ਆ ਸਨਮਾਨਾਂ ਦੇ ਵਿੱਚ ਇਹ ਹੈ ਜੀ ਸਭ ਤੋਂ ਪਹਿਲਾਂ ਤਾਂ ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਵੀ ਜਿਹੜਾ ਮੈਨੂੰ ਜਦ ਮੈਂ ਹਰੇਕ ਟੂਰਨਾਮੈਂਟ ਤੇ ਜਾਂਦਾ ਲੋਕਾਂ ਨੂੰ ਰਾਜਮਾ ਪਿਆਰ ਮਿਲਦਾ ਇਹ ਮੇਰੇ ਲਈ ਸਭ ਤੋਂ ਵੱਡਾ ਸਨਮਾਨ ਹੈ ਦੂਸਰਾ ਸਨਮਾਨ ਮੈਨੂੰ ਜਾਨੀ ਕਿ ਮੇਰੇ ਨਗਰ ਦੇ ਵਿੱਚੋਂ ਬੜਾ ਪਿਆਰ ਮਿਲਿਆ ਸਰਦਾਰ ਗੁਰਦੇਵ ਸਿੰਘ ਸਿੱਧੂ ਉਹਨਾਂ ਨੇ ਸੋਨੇ ਦੀ ਚੈਨ ਪਾਈ ਉਸ ਤੋਂ ਬਾਅਦ ਸਰਦਾਰ ਅੰਤਰਪਾਲ ਸਿੰਘ ਸੰਧਾਰ ਦੇ ਦੋਵੇਂ ਪੁੱਤਰ ਫੌਜੀ ਆ ਉਹਨਾਂ ਨੇ ਮੈਨੂੰ ਜਾਨੀ ਕਿ ਸੋਨੇ ਦੀ ਮੁੰਦਰੀ ਦੇ ਨਾਲ ਨਵਾਜਿਆ ਉਸ ਤੋਂ ਬਾਅਦ ਜਿਹੜਾ ਮੇਰਾ ਸਫ਼ਰ ਆ ਕਮੈਂਟਰੀ ਦੇ ਵਿੱਚ ਜਾਨੀ ਕਿ ਗੱਡੀਆਂ ਬੋਲਟਾਂ ਵਾਲੇ ਪਾਸੇ ਜਿਹੜਾ ਆਇਆ ਮੈਨੂੰ ਦੌਲਾ ਪਿੰਡ ਹੈ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਨੇ ਸਭ ਤੋਂ ਪਹਿਲਾਂ ਮੋਟਰਸਾਈਕਲ ਦਿੱਤਾ ਉਸ ਤੋਂ ਬਾਅਦ ਮੈਨੂੰ ਜਿਹੜਾ ਕਿ ਸ਼ਰਨਜੀਤ ਸਿੰਘ ਸੇਖੋ ਬੈਬਲ ਕੈਨੇਡਾ ਕਾਲਾ ਰਸ਼ੀਨ ਕੈਨੇਡਾ ਤੇ ਲੱਕੀ ਸਾਡੇ ਵੀਰ ਇਹਨਾਂ ਨੇ ਜਾਨੀ ਕਿ ਮੈਨੂੰ ਬੁਲਟ ਮੋਟਰਸਾਈਕਲ ਦਿੱਤਾ ਤੇ ਹੁਣ ਤੋਂ ਸਭ ਤੋਂ ਵੱਡਾ ਸਨਮਾਨ ਜਿਹੜਾ ਕਿ ਮੇਰਾ ਧੂਲਕੋਟ ਨਗਰ ਵਿੱਚ ਸਾਡੇ ਭਰਾ ਬਾਈ ਸੋਨੀ ਸੰਧੂ ਵਰਗਿਆਂ ਨੇ ਨਵੀਂ ਸੰਧੂ ਵਰਗਿਆਂ ਨੇ ਸੋਨੀ ਜਰਮਨ ਹੋਰਾਂ ਨੇ ਅਵਤਾਰ ਬਰਾੜ ਲੰਗੇਆਣਾ ਲਖਵੀਰ ਬਰਾੜ ਅਕਾਲਗੜ੍ਹ ਖੁਸ਼ ਜਰਮਨ
सारे भरावान ने मिल के जरा कि मैं एक गड्डी के नाल मान सम्मान दिता। मतलब मान सम्मान के नाल नाल जिथे सोने दियां मुंदरियां चैनियां भी कमाईयां ते उत्थे कार भी तुसी इहदे च ही हो कीती। हां जी हां जी, ते ਇਹ ਵੀ ਇੱਕ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਦੇਣ ਆ ਜਿਹੜੇ ਮਾਨ ਸਨਮਾਨ ਕਰਦੇ, ਜਿਹੜੇ ਕਬੱਡੀ ਨੂੰ ਖੇਡ ਨੂੰ ਪ੍ਰਮੋਟ ਕਰਦੇ, ਇਹ ਇਹ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਹ ਵੀ ਜੇ ਇਹੋ ਜਿਹੇ ਲੋਕ ਨਾ ਹੋਣ ਤਾਂ ਖੇਡਾਂ ਦਾ ਉਹ ਲੈਵਲ ਨਾ ਬਣ ਸਕੇ ਸਾਡੀ ਖੇਡ ਕਬੱਡੀ ਦਾ। ਸਭ ਤੋਂ ਪਹਿਲਾਂ ਸਾਰੇ ਐਨ ਆਰ ਆਈ ਭਰਾਵਾਂ ਦਾ ਮੈਂ ਧੰਨਵਾਦ ਕਰਨਾ, ਜੇ ਅੱਜ ਕਬੱਡੀ ਪੰਜਾਬ ਦੇ ਵਿੱਚ ਜਾਉਂਦੀ ਹੈ ਤਾਂ ਐਨ ਆਰ ਆਈ ਵੀਰਾਂ ਦੇ ਕਰਕੇ ਜਾਉਂਦੀ, ਕਿਉਂਕਿ ਉਹ ਨਾਲੇ ਆਪਣਾ ਕੰਮ ਕਾਰ ਕਰਦੇ, ਕੰਮ ਕਾਰ ਦੇ ਵਿੱਚੋਂ ਦਸਵੰਧ ਜਿਹੜਾ ਕੱਢਣਾ ਕਿਸੇ ਲਈ ਬਹੁਤ ਵੱਡਾ ਔਖਾ ਕੰਮ, ਉਹ ਦਸਵੰਧ ਕੱਢਦੇ ਆ। मेरे वर्गों नूं गरीब परिवारों के खिडारियों नूं जिहड़ी हैल्प करदे आ, गड्डियां तक, घोड़ियां तक, ट्रैक्टरां तक उन्होंने एन आर आई भरावां ने पहुंचाया। सारे एन आर आई वीरां दा मैं दिलों ही धन्नवाद करदा। लखा जी हुण आपां इक गल करदे आ वी जिहड़ी आ महामारी चली होई आ COVID-19 दी, है ना, कोरोना दे वायरस करके जिहड़ी हुंदी आ, हां जी हां जी, इहदे नाल सारी सारा कुछ ही प्रभावित होया, जिथे आर्थिकता हो गई है ना, उत्थे जिथे लोक भी बेचारे बंद हो गए, जिथे लोक जानां भी जा रहीयां बेचारियां दीयां बहुत सारियां दीयां। कबड्डी की खेड ते किन्ना का प्रभाव पाया ने? कबड्डी की खेड ते जी बहुत ज्यादा असर पाया, जिवें आपां मन्नीए मेरे ते ला लो, कित्थे तां अज दे टाइम दे विच सीजन सी कबड्डी दा, हुण नूं प्लेयरां ने मन के चलो किसी ने 10,000, किसी ने 20,000, किसी ने 50,000 रुपया कमाया होना सी। हुण कबड्डी दे करके जिहड़े अनेकां परिवारां दे मेरे वर्गां दे जिहड़े चुल्हे तपदे आ, जिवें कोई जाल वाला, कोई लाइटां वाला, कोई साउंड वाला, कोई कमेंटेटर, रैफरी, किन्ने परिवार जिहड़े कबड्डी दे नाल जुड़े हुए आ, रेहड़ियां वाला तक मन्नीए वी जिहड़े रेहड़ियां जद कबड्डी दे अनेका रश बहुत ज़्यादा हुंदा उत्थे आउंदे आ, उहनां दा परिवार चलदा, चुल्हे तपदे आ, इह बीमारी ने बहुत ज़्यादा असर पाया। मैं तां इही बेनती करदा प्रशासन नूं, सरकार नूं वी, जे छेती तों छेती इस बीमारी दा निपटारा हुंदा तां आपां कबड्डी खेड नूं जिहड़ा शुरू कीता जावे, जिहड़े परिवार अज दे टाइम दे विच भुखे मर रहे आ उह कबड्डी दे दौर वाले पासे फेर आउण, उहनां दे चुल्हे तपदे आ। ਤੁਸੀਂ ਕਿਹਾ ਵੀ ਹੈ ਨਾ ਵੀ ਕਬੱਡੀ ਕਰਕੇ ਨੁਕਸਾਨ, ਨਾ ਖੇਡ ਹੋਣ ਕਰਕੇ ਨੁਕਸਾਨ ਬਹੁਤ ਹੋ ਰਿਹਾ, ਹਾਂਜੀ, ਅਤੇ ਤੁਹਾਡਾ ਫਿਰ ਹੁਣ ਕਿਵੇਂ ਗੁਜ਼ਾਰਾ ਚੱਲ ਰਿਹਾ? ਤੁਹਾਡਾ ਵੀ ਘਰ ਦੀ ਹਾਲਾਤ ਕੁਛ ਵੀ ਇੰਨੇ ਵੀ ਵਧੀਆ ਨਹੀਂ ਹੈਗੇ ਵੀ ਜਿਹੜੇ ਕਰਕੇ ਵੀ ਚਲੋ ਕਬੱਡੀ ਕਰਕੇ ਤੁਸੀਂ ਤੁਹਾਡਾ ਰੁਜ਼ਗਾਰ ਚੱਲ ਰਿਹਾ ਸੀਗਾ, ਹੁਣ ਫਿਰ ਤੁਸੀਂ ਕਿਵੇਂ ਗੁਜ਼ਾਰਾ ਕਰਦੇ? ਮੇਰਾ ਗੁਜ਼ਾਰਾ ਇਹ ਆ ਜੀ, ਨਾਲ ਮੈਂ ਇੱਕ ਕਰਿਆਨੇ ਦੀ ਦੁਕਾਨ ਆ, ਕਰਿਆਨੇ ਦੀ ਦੁਕਾਨ ਤੋਂ ਯਾਨੀ ਕਿ ਮੇਰਾ ਜਿਹੜਾ ਟਾਈਮ ਪਾਸ ਆ ਮੈਂ ਕਰ ਰਿਹਾ। ਮਤਲਬ ਕਿ ਉਨਾ ਕੀ ਹੁਣ ਹੋ ਰਿਹਾ ਵੀ ਜਿੰਨਾ ਕੁ ਬਸ ਵੀ ਪਿੰਡ ਦੇ ਵਿੱਚ ਇੱਕ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਕੋਈ ਐਡਾ ਵੱਡਾ ਕੋਈ ਕਮਾਈ ਦਾ ਸਾਧਨ ਨਹੀਂ ਹੁੰਦਾ, ਤੇ ਤੁਸੀਂ ਵੀ ਬੜਾ ਔਖਾ ਸਮਾਂ ਹੀ ਕੱਢ ਰਹੇ ਹੋ। ਬਹੁਤ ਔਖਾ ਜੀ, ਯਾਨੀ ਕਿ ਮੰਨ ਕੇ ਚੱਲੋ ਵੀ ਹੁਣ ਕਿੱਥੇ ਟੂਰਨਾਮੈਂਟ ਸੀਗਾ, ਚਾਰ ਦੇ ਨਾਲ ਆਪਾਂ ਸਕੂਲਾਂ ਵਿੱਚ ਫੀਸਾਂ ਵੀ ਭਰਦੇ ਸੀ, ਸਕੂਲ ਦੇ ਵਿੱਚ ਫੀਸ ਭਰਨੀ ਵੀ ਬੜੀ ਔਖੀ ਆ, ਕਿਉਂਕਿ ਹੁਣ ਕਰਿਆਨੇ ਦੀ ਦੁਕਾਨ ਹੈ, ਇੱਕ ਮੰਨ ਕੇ ਚੱਲ ਪਰਿਵਾਰ ਦਾ ਗੁਜ਼ਾਰਾ ਹੀ ਬੜੀ ਮੁਸ਼ਕਲ ਦੇ ਨਾਲ ਹੋ ਰਿਹਾ। ਜੇ ਮੈਂ ਆਪਦੇ ਤੇ ਹੀ ਮੰਨ ਕੇ ਚੱਲੀਏ, ਜਿਹੜੇ ਨੇਕਾ ਪਰਿਵਾਰ ਆ ਜਿਹੜੇ ਇਕੱਲੀ ਕਬੱਡੀ ਦੇ ਵਿੱਚੋਂ ਹੀ ਮੰਨ ਕੇ ਚੱਲੋ ਜਿਨ੍ਹਾਂ ਨੇ ਵਿਚਾਰਿਆਂ ਦਾ ਲੂਣ ਮਿਰਚ ਮਸਾਲਾ ਆਉਣਾ ਨਾ, ਬਹੁਤ ਮੁਸ਼ਕਲ ਹੋਈ ਪਈ ਹੈ। ਲੱਖਾ ਜੀ ਅਸੀਂ ਕਾਫੀ ਸਾਰੀਆਂ ਗੱਲਾਂ ਤੁਹਾਡੇ ਬਾਰੇ, ਤੁਹਾਡੇ ਸਫ਼ਰ ਬਾਰੇ ਕਰ ਲਈਆਂ, ਹਾਂਜੀ, ਹੁਣ ਜਾਂਦੇ ਜਾਂਦੇ ਅਸੀਂ ਇੱਕ ਇੱਕ ਸਵਾਲ ਇਹ ਐਸਾ ਹੈ ਵੀ ਜਿਹੜਾ ਬਹੁਤ ਜ਼ਰੂਰੀ ਹੁੰਦਾ ਬੰਦੇ ਲਈ, ਹੈ ਨਾ, ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ, ਅਤੇ ਤੁਹਾਡੇ ਇਸ ਸਫ਼ਰ 'ਚ ਜਿਹੜਾ ਤੁਸੀਂ ਹੈ ਨਾ ਸ਼ੁਰੂ ਕੀਤਾ ਕਮੈਂਟਰੀ ਦਾ, ਉਹਦੇ ਵਿੱਚ ਸਹਾਇਕ ਕੌਣ ਕੌਣ ਰਹੇ ਜਿਨ੍ਹਾਂ ਦਾ ਬਹੁਤ ਵੱਡਾ ਹੱਥ ਰਿਹਾ, ਤੁਸੀਂ ਉਹਨਾਂ ਦਾ ਨਾਮ ਲੈਣਾ ਚਾਹੋ ਤਾਂ? ਮੇਰੇ ਪਰਿਵਾਰ ਦੇ ਵਿੱਚ ਜੀ ਯਾਨੀ ਕਿ ਮੇਰੀ ਸਿਸਟਰ, ਉਹਨਾਂ ਦੀ ਮੈਰਿਜ ਕਰਤੀ ਹੈ, ਮੇਰੀ ਵਾਈਫ ਹੈ, ਦੋ ਮੇਰੇ ਬੇਟੀਆਂ ਨੇ, ਮੇਰੀ ਵਾਈਫ ਨਵਨੀਤ ਕੌਰ, ਬੇਟੀ ਜਸਕੀਰਤ ਕੌਰ, ਜਪਜੀਤ, ਮੇਰੇ ਫਾਦਰ ਸਾਹਿਬ ਮਲਕੀਤ ਸਿੰਘ, ਮੇਰੀ ਮਾਤਾ ਰਣਜੀਤ ਕੌਰ, ਉਸ ਤੋਂ ਬਾਅਦ ਜਿਹੜੇ ਕਿ ਸਾਰਾ ਮੈਨੂੰ ਹੁਣ ਤੱਕ ਜਿਨ੍ਹਾਂ ਨੇ ਬਾਂਹ ਫੜ ਕੇ ਯਾਨੀ ਕਿ ਆਪਾਂ ਨੂੰ ਤੁਰਨਾ ਸਿਖਾਇਆ, ਵੀ ਬਹੁਤ ਵੱਡਾ ਯੋਗਦਾਨ ਜਿਹੜਾ ਦਿੱਤਾ ਉਹਨਾਂ ਦੇ ਵਿੱਚੋਂ, ਮੈਂ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਾ ਸਰਨਜੀਤ ਸੇਖੋ, ਬਹਿਬਲ ਪਿੰਡ ਵਾਲਿਆਂ ਦਾ, ਕਾਲੇ ਰਸ਼ੀਨ ਦਾ, ਲੱਕੀ ਦਾ, ਅਵਤਾਰ ਬਰਾੜ ਲੰਗਿਆਣ ਦਾ, ਪਾਲ ਸਰਾਵਾਂ ਦਾ, ਲਖਵੀਰ ਬਰਾੜ ਦਾ, ਅਤੇ ਸਾਡੇ ਵਿਸ਼ੇਸ਼ ਤੌਰ 'ਤੇ ਮੈਂ ਧੰਨਵਾਦ ਕਰਦਾ ਅਨੋਖ ਢਿੱਲੋਂ ਕਨੇਡਾ ਦਾ, ਸੋਨੀ ਸੰਧੂ ਧੂਲਕੋਟ ਕਨੇਡਾ, ਅਤੇ ਨਵੀਂ ਸੰਧੂ ਧੂਲਕੋਟ ਕਨੇਡਾ, ਇਹ ਜਿਹੜੇ ਸਾਡੇ ਵੀਰ ਐਨ ਆਰ ਆਈ ਜਿਨ੍ਹਾਂ ਨੇ ਮੈਨੂੰ ਬਹੁਤ ਜ਼ਿਆਦਾ ਪਿਆਰ, ਜਦੋਂ ਵੀ ਮੈਨੂੰ ਲੋੜ ਪੈਂਦੀ ਮੇਰੀ ਹੈਲਪ ਸਮੇਂ ਸਮੇਂ 'ਤੇ ਕਰਦੇ। ਲੱਖਾ ਜੀ ਹੁਣ ਅੰਤ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕੋਈ ਇੱਕ ਹੋਰ ਵਧੀਆ ਜਿਹਾ ਸ਼ੇਅਰ ਜਿਹੜਾ ਸਮਾਜ ਨੂੰ ਸੇਧ ਵੀ ਦਿੰਦਾ ਹੋਵੇ ਇਹੋ ਜਿਹਾ ਸੁਣਾ ਕੇ, ਅਤੇ ਅਸੀਂ ਫਿਰ ਵਿਦਾ ਲੈਂਦੇ ਹਾਂ ਸਾਡੇ ਦਰਸ਼ਕਾਂ ਤੋਂ। ਸੇਧ ਤਾਂ ਇਹੀ ਹੈ ਜੀ, ਮੈਂ ਜਿੱਥੇ ਵੀ ਜਾਂਦਾ ਬੋਲਦੇ ਹੁੰਦੇ ਵੀ ਨਸ਼ਿਆਂ ਤੋਂ ਦੂਰ ਰਹੋ, ਕਿ ਜਿਹੜੇ ਨਸ਼ੇ 'ਤੇ ਗਿੱਧ ਗਏ ਨੇ ਇਹਨੂੰ ਹੋਰ ਵਧਾਇਓ ਨਾ, ਜਿਹੜੇ ਨਸ਼ੇ 'ਤੇ ਗਿੱਧ ਗਏ ਨੇ ਇਹਨੂੰ ਹੋਰ ਵਧਾਇਓ ਨਾ, ਤੁਸੀਂ ਤਾਂ ਗਿੱਧ ਹੀ ਚੁੱਕੇ ਹੋ ਪੁੱਤ ਕਿਸੇ ਦਾ ਲਾਇਓ ਨਾ, ਤੁਸੀਂ ਤਾਂ ਗਿਰ ਹੀ ਚੁੱਕੇ ਹੋ ਪੁੱਤ ਕਿਸੇ ਦਾ ਲਾਇਓ ਨਾ, ਰੱਬ ਮਾਫ਼ ਨਹੀਂ ਕਰਦਾ ਜੋ ਘਰ ਕਿਸੇ ਦਾ ਪੜਦਾ ਏ। ਇਹ ਗੱਲ ਝੂਠ ਨਹੀਂ ਭੋਰਾ,
लखा तो सच ही दसदा है, ये गल झूठ नहीं पूरा बराड़ तो सच ही दसदा है। लखा जी एक सवाल बहुत जरूरी है, प्रोफेसर मक्खन हकीमपुर जी, उस तो बाद मक्खन अली जी, रुपिंदर जलाल, अमन लोपो की कमेंट्री मैं बहुत पसंद करना, अमरीक खोसा कोटला, ज्यादा कही सहयोग अमन दवड़ी खाना, बसंत बाजा खाना, महामत गोरी, लवी गुड़ी संगर, सागर खिड़कियां वाला, जेडे कमेंटेटर हूँ इस टाइम ना चल रहे, नवे बहुत सारे कमेंटेटर है जिमें कि मनी हूँ मोदी टीमा वाली, निका डगो रमाणा, सारे कमेंटेटर नवे उठ रहे हैं। एक मेरा शिगरदा रेशम लंबी उस्ताद दलजीत सिद्धू का मैं पहले जिक्र किया, सारे कमेंटेटर जिन्हों का वधिया ना है, जिहड़े नवे कमेंटेटर मैं यही कहना चाहना भी कल्ला आपां हुण कबड्डी वाले पासे ने आपां जे रुजगार है कबड्डी के खातर अपना चल रहे, कबड्डी की बदौलत कोई ना कोई आपां राह जिहड़ा होर भी लभीए, कल्ला कबड्डी वाले पासे जिवें हुण करोना महामारी ने इहो ही मार पाई, सारे काम ही जिहड़े ठप्प हो गए, कोई ना कोई रुजगार, कोई ना कोई सैड बिजनेस जिहड़ा आपां नूं अपनाउणा चाहीदा, जिहड़े नवे कमेंटेटर उठ रहे हैं मैं सारयां नूं इही बेनती करदा, होर भी कबड्डी दे नाल नाल कोई ना कोई जिहड़ा सैड बिजनेस आपां नूं चाहुणा चाहीदा। उम्मीद है लखा जी थोड़ी इस सुझाव इस एडवाइस का नवे कमेंट जरूर वो अमल करे तो अपना जी अगर फ्यूचर उन्होंने सिक्योर करे। लखा जी इस बायफेस चैनल में समा देने इन्ना मुला समा अपने इस बिजी शड्यूल चैनल में दिता, असं बहुत बहुत धन्यवाद करते हैं। बहुत बहुत धन्यवाद जी ता जगमीत नीटा जी, ताे डायरैक्टर साहब, साढ़े बंटू जी, ताड़ी समुची टीम का बायफेस चैनल का, जिहड़े तुसी अज मेरे नगर दे विच आए हो, तुसी मेरी इंटरव्यू लई है, गल्लां बातां पर कीतियां, ताड़ा बहुत बहुत धन्यवाद मैं दिलों करदा। असी अज गल कीती लखा कंदवाला जी दे नाल, साडा नवा सैगमेंट चलाया सी खेडां दी गल, इहदे विच असी तुहाडे नाल होर भी बहुत सारे अजिहियां शख्सियतां जिहड़ियां खेडां दे नाल जुड़ियां होईयां जां उह खिडारी ने, तो असी उन्होंने थोड़े रूबरू करते रहेंगे, तो उम्मीद है तुसी इस प्रोग्राम नू भी साडे नू इस साडे सैगमेंट नू भी उन्ना ही प्यार देंगे जिन्ना तुसी दूसरे साडे सैगमेंट नू दिंदे हो। बायफेस चैनल नू समा देने लई सारयां दा तहे दिलों धन्यवाद, सत श्री अकाल जी।